اور میں درخواست گزارا محترم پروفیسر بیراب خاور صاحب سی جڑے لاتعداد کتاباں دے مصنف ہن، مصنف، شاعر، ادیب، محقق، انہاں نے علامہ اقبال دی شاعری دا پنجابی زبان وچ ترجمہ کیتا ہے، انہاں دی کئی کتاباں شائع ہو چکیاں۔ میں انہاں سے درخواست کرنا وا کہ وہ حضرت احمد علی سائیں شخصیت تے فن دے حوالے نال اپنے گفتگو سامعین دے سامنے رکھن۔ بسم اللہ الرحمن الرحیم، نحمدہ و نصلی و نسلم علی رسول الکریم، اما بعد، حضرات گرامی، مینو سیکٹری ہند کو ادبی بورڈ جناب ضیاء صاحب نی طرفوں جڑا عنوان ملیا وہ ہے سائیں احمد علی دی شخصیت اور پٹھواری ادب و ثقافت تے انہاں دے اثرات۔ تو میں اس حوالے نال گزارش کرنا چاہنا کہ علاقہ پٹھوار دی تہذیب نو ایک وڈے محقق نے ہزاراں سال پرانی تہذیب آکھیا ہے۔ پروفیسر آصف لکھدے نے کہ اے تہذیب 5000 سال پہلے موجود سی سواں دریا دے کنڈے تے۔ اس علاقے دے بہادر جواناں تے صاحب فکر لوکاں اس علاقے نوں ہمیشہ ہی تاریخ وچ روشن تے نمایاں رکھیا۔ اس علاقے وچ پروان چڑھن والے غزلیہ تے نعتیہ ادب بارے بہت کچھ جانکاری کرن دی لوڑ ہے۔ سائیں احمد علی ایرانی سما پشاوری دے پنڈی وچ رہن والے اس عرصے یعنی تقریباً کوئی 17-18 سال جڑے انہاں پنڈی دے رئیس سردار گرمکھ سنگھ نال گزارے ہیں۔ اس قیام تو پہلاں دیاں ادبی تاریراں، ادبی ذوق شوق، شاعری دا حوالہ ساڈے کول موجود نہیں ہے۔ اے بھی دراصل کسے محقق دے رستے تک رہا ہے کہ کوئی آوے تے سائیں تو پہلے دے دور دی تحقیق کیتی جاوے کہ پٹھوار وچ کتنے ایک جاندار لوگ موجود رہے ہیں، کتنا ایک جاندار ادب موجود رہا، کتنے لوگ لکھن والے سن، انہاں کی لکھیا۔ ایسے علاقے دا ادبی تے فنی دور اصل وچ سائیں احمد علی پشاوری تو شروع ہوندا ہے۔ سائیں 15-17 سال پنڈی وچ رہے ہیں۔ سائیں دی پیدائش پشاور ہوئی اور آخر انہوں کا جسد خاکی بھی پشاور خاک وچ مل گیا، لیکن سائیں دا او 15-17 سالہ دور جڑا پنڈی وچ گزریا۔ دراصل سائیں دے ادب، علمیت اور اس فن دا کمال سی جدے نقش اج بھی پٹھوار وچ زندہ ہے۔ اور پٹھوار وچ میں اپنے تجربے موجب یہ کہہ سکنا کہ پٹھوار دے کسے شاعر نو جے کدی علم و ادب دے حوالے نال تولیا جاوے تو او دا معیار سائیں دا ادب۔ اگر او دے چو مصرے، او دی غزل سائیں دے آہنگ نو نمایاں کر دی تاں اس نو
ਉਸਤਾਦੀ ਦਾ ਦਰਜਾ ਦਿੱਤਾ ਜਾਂਦਾ ਹੈ। ਮੈਂ ਗੁਜ਼ਾਰਿਸ਼ ਕਰਨਾ ਕਿ ਜਿਸ ਤਰ੍ਹਾਂ ਸ਼ਾਹ ਹੁਸੈਨ ਰਹਿਮਤੁੱਲਾਹ ਅਲੈਹ ਨੂੰ ਪੰਜਾਬੀ ਅਦਬ ਵਿੱਚ ਪੰਜਾਬੀ ਕਾਫੀ ਦਾ ਮੂਜਦ ਕਰਾਰ ਦਿੱਤਾ ਗਿਆ ਹੈ, ਇਸ ਤਰ੍ਹਾਂ ਸਿਨਫੇ ਸ਼ਾਇਰੀ ਸ਼ਾਇਰੀ ਦੀ ਅਸਨਾਫ ਵਿੱਚ ਇੱਕ ਸਿਨਫ ਜ਼ੰਜੀਰਾ ਹੈ ਔਰ ਉਹ ਜ਼ੰਜੀਰਾ ਦਰਅਸਲ ਸਾਈਂ ਤੋਂ ਏਜਾਦ ਹੈ। ਸਾਈਂ ਤੋਂ ਪਹਿਲੇ ਉਹ ਜ਼ੰਜੀਰਾ ਪਠਵਾਰੀ ਅਦਬ ਵਿੱਚ ਜਾਂ ਕਮ ਅਜ਼ ਕਮ ਹਿੰਦਕੋ ਅਦਬ ਵਿੱਚ ਜਾਂ ਪੰਜਾਬੀ ਅਦਬ ਵਿੱਚ ਮੌਜੂਦ ਨਹੀਂ ਸੀ। ਤਾਂ ਮੈਂ ਇਸ ਹਵਾਲੇ ਨਾਲ ਇਹ ਗੁਜ਼ਾਰਿਸ਼ ਕਰਨਾ ਕਿ ਜਿਸ ਫਨ ਦੀ ਬੁਨਿਆਦ ਉਸ ਮਰਦੇ ਫਕੀਰ ਨੇ ਪਠਵਾਰ ਦੀ ਸਰਜ਼ਮੀਨ ਵਿੱਚ ਰੱਖੀ, ਅਗਰ ਉਸਨੂੰ ਦੇਖਿਆ ਜਾਵੇ ਤਾਂ ਸਾਈਂ ਦਾ ਫਨ ਦਾ ਸਿੱਕਾ ਅੱਜ ਵੀ ਪਠਵਾਰ ਦੀ ਸਰਜ਼ਮੀਨ ਵਿੱਚ ਰਾਇਜੁਲ ਵਕਤ ਹੈ। ਅੱਜ ਵੀ ਹਰ ਮਿਆਰੀ ਸ਼ਾਇਰ, ਹਰ ਮਿਆਰੀ ਉਸਤਾਦ, ਕਲਮਕਾਰ ਸਾਈਂ ਦੇ ਮਿਆਰ ਉੱਤੇ ਪਰਖਿਆ ਜਾਂਦਾ ਹੈ। ਮੈਂ ਇਸ ਹਵਾਲੇ ਨਾਲ ਇੱਕ ਗੁਜ਼ਾਰਿਸ਼ ਕਰਨਾ ਕਿ ਅਗਰ ਪੰਜਾਬੀ ਅਦਬ ਦੀ ਕਿਸੇ ਵੇਲੇ ਕੋਈ ਡਾਇਰੈਕਟਰੀ ਮੁਰੱਤਬ ਹੋਈ ਤਾਂ ਯਕੀਨਨ ਇਹ ਪਤਾ ਲੱਗ ਜਾ ਸੀ ਕਿ ਪਠਵਾਰ ਵਿੱਚ ਕਿਤਨੇ ਜਾਨਦਾਰ ਲੋਕ ਲਿਖਣ ਵਾਲੇ ਅੱਜ ਵੀ ਮੌਜੂਦ ਹਨ ਔਰ ਕੱਲ੍ਹ ਵੀ ਮੌਜੂਦ ਸਨ। ਗੁਜ਼ਾਰਿਸ਼ ਉਹ ਹਜ਼ਰਤ ਆਫਤ ਸ਼ੀਰਾਜ਼ੀ ਦਾ ਇੱਕ ਸ਼ੇਰ ਹੈ ਕਿ ਫੈਜ਼ ਰੂਹ ਉਲ ਕੁਦਸ ਅਰਬਾਜ਼ ਮਦਦ ਫਰਮਾਇਦ ਦਿਗਰਾਂ ਹਮ ਪੇ ਕੋ ਨੰਦਾਂ ਚ ਮਸੀਹ ਹਾਮੀ ਕਰਦ। ਅੱਜ ਇਸ ਜ਼ਮਾਨੇ ਵਿੱਚ ਵੀ ਸਾਈਂ ਦੇ ਮਿਆਰ ਦਾ ਅਦਬ ਤਖਲੀਕ ਹੋ ਸਕਦਾ ਹੈ, ਲੇਕਿਨ ਕਮ ਅਜ਼ ਕਮ ਉਹਦੇ ਸਿਰ ਉੱਪਰ ਸਾਈਂ ਜੈਸੇ ਫਕੀਰ ਦੀ ਸ਼ਫਕਤ ਦਾ ਸਾਇਆ ਹੋਣਾ ਚਾਹੀਦਾ ਹੈ। ਗੁਜ਼ਾਰਿਸ਼ ਸਾਈਂ ਹਿੰਦਕੋ ਅਦਬ, ਪੰਜਾਬੀ ਅਦਬ ਔਰ ਪਠਵਾਰੀ ਅਦਬ ਦਾ ਸਰਤਾਜ ਸਾਈਂ ਬੇਤਾਜ ਬਾਦਸ਼ਾਹ ਸੀ। ਸਾਈਂ ਨੂੰ ਖਰਾਜੇ ਅਕੀਦਤ ਸਾਲ ਹਾ ਸਾਲ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਇੱਕ ਜਗ੍ਹਾ ਇਹ ਮੁਸ਼ਾਹਿਦਾ ਕੀਤਾ ਕਿ ਪੰਜਾਬੀ ਗਜ਼ਲ ਦੇ ਬਾਬਾ ਆਦਮ ਨਵਾਬ ਗੁਲਾਮ ਹਸਨ ਉਰਫ ਹਕੀਮ ਗਾਮੂ ਪੰਜਾਬੀ ਗਜ਼ਲ ਇਬਤਦਾਨ ਉਹਨਾਂ ਲਿਖੀ, ਉਹਨਾਂ ਦਾ ਇੱਕ ਸ਼ੇਰ ਸੀ ਲਿਖਦੇ ਹਨ, ਗਜ਼ਲ ਦਾ ਸ਼ੇਰ ਹੈ, ਕੰਘੀ ਫੇਰ ਕੇ ਯਾਰ ਨੇ ਮਾਂਗ ਕੱਢੀ, ਕੰਘੀ ਫੇਰ ਕੇ ਯਾਰ ਨੇ ਮਾਂਗ ਕੱਢੀ, ਨੁਕਤਾ ਲੱਭਿਆ ਅਸਾਂ ਇਸ ਬਾਤ ਵਿੱਚੋਂ, ਕੋਈ ਸਾਹਿਬ ਸਿਕੰਦਰ ਨੂੰ ਜਾ ਆਖੇ ਕੱਢੀ ਯਾਰ ਨੇ ਰਾਤ ਜ਼ੁਲਮਾਤ ਵਿੱਚੋਂ। ਅਰਜ਼ ਹੈ ਕੰਘੀ ਫੇਰ ਕੇ ਯਾਰ ਨੇ ਮਾਂਗ ਕੱਢੀ, ਨੁਕਤਾ ਲੱਭਿਆ ਅਸਾਂ ਇਸ ਬਾਤ ਵਿੱਚੋਂ, ਕੋਈ ਸਾਹਿਬ ਸਿਕੰਦਰ ਨੂੰ ਜਾ ਆਖੇ ਕੱਢੀ ਯਾਰ ਨੇ ਰਾਤ ਜ਼ੁਲਮਾਤ ਵਿੱਚ। ਜਦੋਂ ਸਾਈਂ ਦੀ ਸੁਨੀਦ ਵਿੱਚ ਇਹ ਗਜ਼ਲ ਆਈ, ਲਾਹੌਰ ਦੇ ਮਸ਼ਾਰੇ ਵਿੱਚ ਜਦੋਂ ਸਾਈਂ ਨੇ ਇਹ ਗਜ਼ਲ ਸੁਣੀ ਤਾਂ ਸਾਈਂ ਇਸ ਤਸੱਵਰ ਨੂੰ ਆਪਣੀ ਕਾਰਗਾਹ ਵਿੱਚ ਢਾਲ ਕੇ ਇਸ ਤਰ੍ਹਾਂ ਪੇਸ਼ ਕੀਤਾ ਕਿ ਮਹਿਬੂਬ ਹੁਣ ਇਸ ਚੌਮਿਸਰੇ ਦਾ ਉਨਵਾਨ ਜ਼ਿਆਦਾਤਰ ਮੇਰੇ ਨਜ਼ਦੀਕ ਨਾਤੀਆ ਬਣਨਾ। ਤਾਂ ਸਾਈਂ ਇਸੇ ਤਸੱਵਰ ਨੂੰ, ਇਸੇ ਖਿਆਲ ਨੂੰ ਆਪਣੇ ਅੰਦਾਜ਼ ਨਾਲ ਪੇਸ਼ ਕਰਨੇ ਹਨ ਤੇ ਲਿਖਣੇ ਹਨ, ਕੋਈ ਗੋਰੇ ਸਿਕੰਦਰ ਪਰ ਜਾ ਕੂਕੇ, ਕੋਈ ਗੋਰੇ ਸਿਕੰਦਰ ਪਰ ਜਾ ਕੂਕੇ, ਉੱਠ ਸੜਕ ਪਈ ਅੰਦਰ ਜ਼ੁਲਮਾਤ ਬਣਦੀ, ਯਾ ਜ਼ਹਾਕ ਮਰਦੂਦ ਦੀ ਰੂਹ ਕਾਰਨ ਮਾਰਾਂ ਵਿੱਚ ਸਾਈਆਂ ਹਵਾਲਾਤ ਬਣਦੀ। ਤੋ ਮੈਂ ਅਰਜ਼ ਕਰਨਾ ਚਾਹਣਾ ਕਿ ਸਾਈਂ ਪਠਵਾਰ ਦਾ ਵੀ ਬੇਤਾਜ ਬਾਦਸ਼ਾਹ ਸੀ, ਹਿੰਦਕੋ ਦਾ ਵੀ ਬਾਦਸ਼ਾਹ ਸੀ, ਪੰਜਾਬੀ ਦਾ ਵੀ ਬਾਦਸ਼ਾਹ ਸੀ। ਸਾਈਂ ਦੇ ਮਿਜ਼ਾਜ ਦੇ ਮੁਤਲਕ ਆਖਿਆ ਗਿਆ ਹੈ
کہ سائیں وچ میر تکی میر دا تکھا پن سی اور غالب دا تخیل سی. میں تے چونکہ میں جس لے ایم اے فارسی کیتا اس لے میں تجزیہ کر لیا سی کہ اپنے تشبیہات تلمیات استعاریاں کنایاں نے حوالے نال میں اگر افضے شیراز نال سائیں نو کمپیئر کر کے دیکھ لوں تو میں یہ کہہ سکنا بلا مبالغہ کہ سائیں افضے شیراز تو کم نہیں ہے. حافظ شیرازی رحمت اللہ علیہ فارسی غزل نے بے تاج بادشاہ ہیں لیکن تصورات نہیں دنیا وچ تخیلات نہیں دنیا وچ پھر فنکاری نہیں دنیا وچ جو کچھ سائیں نے لکھ چڑیا وہ حافظ شیراز تو کسے طور کم نہیں ہے. تو میں گزارش کرنا کہ سائیں نے بارے وچ سانو مزید تحقیق کرنی چاہیے. سائیں دیاں ایسیاں عرفیاں جیڑیاں ساڈے کولوں اس وقت بھی دست رس تو باہر ہیں انہاں دا کھوج لینا چاہیے. معذرت میرا وقت محدود سی تے سر دست انشاءاللہ تعالی پھر ملاقات ہوگی. فی امان اللہ.